ਦਾ 13ਵਾਂ ਮੁਕਾਬਲਾ ਕਿੰਗਸ 11 ਪੰਜਾਬ ਅਤੇ ਦਿੱਲੀ ਕੈਪੀਟਲ ਦੇ ਵਿੱਚ ਖੇਡਿਆ ਗਿਆ। ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਦਿੱਲੀ ਕੈਪੀਟਲ ਨੇ ਲਿਆ, ਜਿਸ ਤੋਂ ਬਾਅਦ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਦੇ ਲਈ ਡੈਵਿਡ ਮਿਲਰ ਨੇ 43 ਅਤੇ ਸਰਫਰਾਜ਼ ਖਾਨ ਨੇ 39 ਰਨ ਬਣਾਏ। ਦੋਨਾਂ ਨੇ ਚੌਥੇ ਵਿਕਟ ਦੇ ਲਈ 12 ਰਨਾਂ ਦੀ ਸਾਂਝੇਦਾਰੀ ਖੇਡੀ। ਉੱਥੇ ਸੈਮ ਕੋਰਨ 20, ਲੋਕੇਸ਼ ਰਾਹੁਲ 15, ਮਹਿੰਕ ਅਗਰਵਾਲ 6 ਅਤੇ ਮੁਹੰਮਦ ਸ਼ਮੀ 0 ਰਨ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਪ੍ਰਿਥਵੀ ਸ਼ੋ ਪਹਿਲੀ ਗੇਂਦ ਤੇ ਹੀ ਆਊਟ ਹੋ ਗਏ। ਰਿਸ਼ਭ ਪੰਤ ਨੇ 38 ਅਤੇ ਸ਼ਿਖਰ ਧਵਨ 30 ਰਨ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਸ਼ਮੀ ਅਤੇ ਅਸ਼ਵਿਨ ਨੇ 2-2 ਵਿਕਟ ਹਾਸਲ ਕੀਤੇ। ਇਸ ਤਰ੍ਹਾਂ ਪੰਜਾਬ ਨੇ ਇਹ ਮੈਚ 15 ਰਨਾਂ ਦੇ ਨਾਲ ਜਿੱਤ ਲਿਆ। ਪੰਜਾਬ ਨੇ 166, ਜਦਕਿ ਦਿੱਲੀ ਕੈਪੀਟਲ ਦੀ ਟੀਮ 152 ਰਨ ਬਣਾ ਕੇ ਆਲ ਆਊਟ ਹੋ ਗਈ। ਇਸ ਮੁਕਾਬਲੇ ਦੇ ਵਿੱਚ ਪਲੇਅਰ ਆਫ ਦਾ ਮੈਚ ਸੈਮ ਕੋਰਨ ਰਹੇ, ਜਿਨ੍ਹਾਂ ਨੇ 10 ਗੇਂਦਾਂ 'ਚ 20 ਰਨ ਦਿੱਤੇ ਅਤੇ 3 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਦੱਸ ਦਈਏ ਕਿ ਅੱਜ ਦਾ ਮੁਕਾਬਲਾ ਰਾਜਸਥਾਨ ਅਤੇ ਬੈਂਗਲੁਰੂ ਦੇ ਵਿੱਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ। ਦੋਨਾਂ ਟੀਮਾਂ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲਿਆ। ਦੋਵੇਂ ਟੀਮਾਂ ਇਸ ਮੈਚ ਦੇ ਵਿੱਚ ਵਾਪਸੀ ਕਰਨਾ ਚਾਹੁੰਦੀਆਂ। ਦੱਸ ਦਈਏ ਕਿ ਇਸ ਮੈਚ ਦਾ ਸਿੱਧਾ ਪ੍ਰਸਾਰਣ ਰਾਤ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਦੇਖਿਆ ਜਾ ਸਕਦਾ ਹੈ। ਬਿਊਰੋ ਰਿਪੋਰਟ, TV NRI ਸਪੋਰਟਸ।